बिस्मिल्लाहिर्रहमानिर्रहीम। अस्सलाम वालेकुम मेरे वालों सारे मेरे भैन ते भरावां नूं। अल्लाह पाक हमेशा तुहानूं खुश रखे, आबाद रखे। जिहड़े दुख तकलीफ आ अल्लाह पाक तुहाडे दूर करे। तुहाडी जिंदगी च खुशियां ही खुशियां भरदे आ। आमीन सुम्मा आमीन। वीडियो शुरू करने पहले एक रिक्वेस्ट कि अगर तुसीं साडा चैनल देसी विलेज ब्लॉग सबसक्राइब नहीं कीता तां सबसक्राइब मारा एक मोरज कर लो। जिहड़ा बैल दा बटन प्रेस कर लो ताकि साडी आने वाली हर वीडियो पर वक्त तुहानूं मिल सके। हुण मेरा रट्टा भरावण लगी सी। तू अपना इंट्रो बदल। की बदलां? की इंट्रो करां? हैं की क्या करां? ये भी तुसी दस्या होया। चलो मैं जिहड़ा लिख के दिता ओनू रटे लाए ने सारे मडीके। नहीं नहीं पहले मेरा उर्दू च हुंदा सीगा इंट्रो। वो ते मोहतरम नाजरीन हुंदा सीगा। हां जी जी। तो शुरू शुरू च मैं मतलब शुरू हुई है ना मतलब उदो मेरा उर्दू च हुंदा सीगा। बाद च फिर तरक्की होके लोग उदा भी जाने तू थले अपनी पंजाबी सारा दिन जदों बोलदे आ फिर अपना ठा ठा पंजाबी बोली दी। अच्छा छड़ फिर आके तो ना चाह भी का। अच्छा जी। दोपहर तक खाना भाइयां खिला के बर्तन धो के रख के सॉरी बर्तन करे नहीं धोते चल जिदा भी ਜਿਹੜਾ ਵੀ ਹਿਸਾਬ ਕਿਤਾਬ ਆ। ਹਾਂਜੀ ਮੈਂ ਫਰੂਟ ਮੰਗਵਾਇਆ ਸੀ ਬਾਈ ਸ਼ਾਹਦ ਕੋਲੋਂ। ਬਾਈ ਸ਼ਾਹਦ ਮੈਂ ਕਹਿੰਦੀ ਹਾਂਜੀ ਅਮਰੂਦ ਮੰਗਵਾਏ ਸੀ, ਸੇਬ ਮੰਗਵਾਏ ਸੀ। ਜਾਣਾ ਵਾ ਅੰਮਾ ਜੀ ਔਰ ਅਪੀ ਸਨਵਰਾ ਕੋਲ ਮਿਲਣ ਵਾਸਤੇ। ਕੱਲ੍ਹ ਅਸੀਂ ਨਹੀਂ ਸੀ ਜਾ ਸਕੇ ਉਧਰ ਪਾਸਪੋਰਟ ਨਾਲ ਟੁਰ ਗਏ। ਹਾਂਜੀ ਲਈਏ ਸਾਰਾ ਦਿਨ ਲੱਗਿਆ ਛੋਟੇ ਛੋਟੇ ਦਿਨ ਲਈਏ ਅਸੀਂ ਚਲੇ ਗਏ ਸੀਗੇ ਲਈਓ ਆਏ ਹਾਂ ਤੇ ਫਿਰ ਆਪਣਾ ਆ ਕੇ ਘਰ ਦਾ ਕੰਮ ਕੀਤਾ। ਮਿਸਤਰੀ ਬਾਈ ਲੱਗੇ ਸੀਗੇ, ਚਾਏ ਪਾਣੀ ਰੋਟੀ ਸਾਰਾ ਫਿਰ ਕਰਨਾ ਹੁੰਦਾ ਵਾ। ਤੇ ਅੱਜ ਹੁਣ ਵੀ ਮੈਂ ਸਵੇਰ ਦੀ ਕੰਮ ਕਰਨ ਲੱਗੀ ਸੀ ਕੀਤੀ ਆ ਕੰਮ ਕਰਕੇ ਤੇ ਹੁਣ ਜਿਹੜਾ ਆਪਣਾ ਵਿਹਲੀ ਹੋਈ ਆ ਚੇਂਜ ਕੀਤਾ ਵਾ ਤੇ ਮੈਂ ਕਹਿੰਦੀ ਆ ਸੂਟ ਨੂੰ ਤੀਸਰੀ ਵਾਰੀ ਪਾ ਲਵਾਂ ਤੇ ਅੱਗੋਂ ਫਿਰ ਜਿਹੜਾ ਗਰਮੀ ਆ ਗਈ ਅੱਗੇ ਪਹਿਲੇ ਵੀ ਪਾਉਣ ਲੱਗੀ ਸੀ ਮੈਂ ਬੇਸ਼ਾਲਾ ਮੈਂ ਕਹਾਂ ਉਹ ਤਾਂ ਗਾਂ ਪਹਿਣਾ ਵਾ ਅੱਗੇ ਵੀ ਮਤਲਬ ਲੀ ਲੈਂਦਾ। ਗਾਂ ਕੀ ਹੁੰਦਾ? ਗਾਂ ਮਤਲਬ ਕਿਤੇ ਅਗਾਂ ਅਗਲੇ ਮੌਸਮ ਚ ਗਾਂ ਤੇ ਪਛਾਂ। ਅੱਛਾ ਚਲ ਜਿਹੜਾ ਵੀ ਆ ਚਲੀਏ ਹੁਣ ਫਿਰ ਚੱਲ ਤਿਆਰੀ ਕਰ ਲਈ ਚੱਲ ਤਕਰੀਬ। ਅੱਛਾ ਜੀ ਮੈਂ ਤਿਆਰੀ ਕਰ ਲਈ ਆ ਤੇ ਮੈਂ ਜਿਹੜਾ ਹੁਣ ਫਰੂਟ ਮੰਗਾ ਕੇ ਰੱਖਿਆ ਸੀ ਉਹ ਮੈਂ ਜਿਹੜਾ ਨਾ ਚੁੱਕ ਲਵਾਂ ਫਿਰ ਚੱਲਦੀ। ਅੱਛਾ ਜੀ ਸੇਬ ਤੇ ਅਮਰੂਦ ਮੈਂ ਇਸੇ ਕਰਕੇ ਟੋਕਰੀਆਂ 'ਚ ਨਹੀਂ ਸੀ ਪਾਏ। ਪਾਲੇ ਲਗਾ ਜਾਂਦੇ ਭਾਈ ਕੰਮ ਲੱਗੇ ਰਹਿਣ ਔਰ ਇੱਧਰਲੇ ਨੂੰ ਵੀ ਲਾ ਦਿਉ ਆ ਕੇ ਫਿਰ ਭਾਈਆਂ ਨਾਲ ਚਾਹ ਬਣਾ ਕੇ ਦਿੰਦੀ ਹਾਂ। 10 ਮਿੰਟ ਹੋਏ ਆ ਫਿਰ ਰਾਤ ਨੂੰ ਅੰਮਾ ਜੀ ਹੁਣੀ ਸੋ ਜਾਂਦੇ ਆ ਤੇ ਤਾਰਾ ਲਗਾ ਲਓ ਤੇ ਆ ਜਾਓ ਚੱਲੀਏ। ਹੋਰ ਤੋਜ ਤੁਰਨ ਲੱਪੋ ਉਦੋਂ ਦਾ ਮੇਰਾ ਗੋਡਾ ਦੁਖਦਾ ਜਿੰਨਾ ਤੁਸੀਂ ਇੰਨਾ ਤੇਜ਼ ਤੁਰੇ ਸੀਗੇ। ਅੱਛਾ ਜੀ ਮੇਰੇ ਕੋਲ ਨਾ ਤੇਜ਼ ਤੁਰਿਆ ਨਹੀਂ ਜਾਂਦਾ, ਮੈਂ ਤੁਰਦੀ ਹਾਂ ਆਸਤਾ ਆਸਤਾ। ਸਦਰੀ ਸਾਹਿਬ ਹੁਣੀ ਤਾਂ ਲਾਉਂਦੇ ਝੂਟਾਂ, ਸਾਹ ਚੜ੍ਹ ਵੀ ਗਿਆ। ਚਲੋ ਕੋਈ ਨਹੀਂ ਅੱਲਾ ਖੈਰ ਕਰੇ ਅਸੀਂ ਜਾ ਰਹੇ ਹਾਂ। ਦੇਖਦੇ ਹਾਂ ਜਾ ਕੇ ਅੰਮਾ ਜੀ ਹੋਣੀਆਂ ਕੀ ਕਰਦੇ ਆ ਕੀ ਸਭ ਤਾਂ ਧੁੱਪ ਸੇਕਦੀਆਂ ਹੋਣੀਆਂ ਬੈਠੀਆਂ ਕਿਤੇ ਹੋਰ ਕੀ ਕਰਨਾ ਇੱਥੇ ਪਿੰਨਾ। ਅੱਜ ਫਿਰ ਮੋਟਰ ਚੱਲਦੀ ਆ। ਚਲੋ ਜੀ ਮੋਟਰ ਚੱਲਣ ਦੇ ਹੀ ਆ। ਬਸ ਥੋੜ੍ਹਾ ਸਫ਼ਰ ਰਹਿ ਗਿਆ ਵਾ, ਧੁੱਪ ਨਿਕਲੀ ਆ ਅੱਲਾ ਦਾ ਸ਼ੁਕਰ ਆ। ਪਹੁੰਚ ਚੱਲੇ ਹਾਂ ਅਸੀਂ ਅੰਮਾ ਜੀ ਦੇ ਕੋਲ। ਅੰਮਾ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਧੁੱਪ ਸੇਕਦੇ ਮੈਂ ਬਜ਼ੁਰਗਾਂ ਨੂੰ ਹੋਰ ਕੀ ਕਰਨਾ ਹੁੰਦਾ ਵਾ, ਖਾ ਪੀ ਕੇ ਬਸ ਧੁੱਪ ਸੇਕ ਲਈ। ਅੱਲਾ ਅੱਲਾ ਤੇ ਖੈਰ ਸੱਲਾ ਨਾ ਪਾਣੀ ਕਿੰਨਾ ਖੋਲਾ ਭਰਿਆ ਜਾਂਦਾ ਭਾਵੇਂ ਤਾਂ ਟੁੱਟ ਜੇ। ਅੱਛਾ ਜੀ ਅੰਮਾ ਜੀ ਲੇਟੇ ਹੋਏ ਆ ਗੇਟ ਦੇ ਮੋਹਰੇ। ਪਤਾ ਨਾ ਅਸੀਂ ਰਾਤ ਨੂੰ ਆਏ ਸੀਗੇ, ਮੈਂ ਕਿਹਾ ਰਾਤ ਨੂੰ ਨਹੀਂ ਜਾਣਾ ਫਿਰਨਾ ਅੰਮਾ ਜੀ ਹੁਣੀ ਸੋ ਜਾਂਦੇ ਆ। ਕਮਰਾ ਨਿੱਘਾ ਕੀਤਾ ਹੁੰਦਾ ਦਰਵਾਜ਼ਾ ਖੋਲਦੇ ਆ ਅਤੇ ਦਿਨੇ ਦਿਨੇ ਫਿਰ ਆਈਏ। ਕੱਲ੍ਹ ਆਉਣਾ ਸੀ, ਕੱਲ੍ਹ ਟਾਈਮ ਹੀ ਨਹੀਂ ਲੱਗਿਆ। ਮੈਂ ਕਿਹਾ ਚਲੋ ਹੁਣ ਆਉਂਦੇ ਹਾਂ। ਅੰਮਾ ਜੀ ਆ ਕਿ ਬਾਜੂ? ਅੰਮਾ ਜੀ ਆ। ਚਲੋ ਅੰਦਰ ਕਰ ਲੋ ਮੰਜੀ, ਅੰਦਰ ਕਰ ਲੋ ਮੰਜੀ, ਅੰਦਰ ਕਰ ਲੋ ਅੰਦਰ ਪਾਓ ਮੁੱਤੀ ਪਾਓ ਪੁੱਤਰ ਨਜ਼ਲਾ। ਅੰਮਾ ਜੀ ਇਹ ਸਾਰੇ ਉਧਰ ਅੰਮੀ ਹੁਣਾਂ ਵਾਲੇ ਵੀ ਫਿਆਜ਼ ਆ ਸੀ ਅੰਮੀ ਸਾਰਿਆਂ ਨੂੰ ਬੁਖਾਰ ਆ। ਆ ਨਾ ਬੇਕੀ ਜਿਹੜੀ ਸਿੱਧੀ ਗੱਲ ਆਂਡਾ ਉਬਾਲ ਕੇ ਮੈਂ ਖਾਣਾ ਸੀਗਾ, ਆਂਡਾ ਉਬਾਲ ਕੇ ਖਾਤਾ ਸੂ ਕਾਹੀ ਮਸਲਾ ਐ ਰਗਾਂ ਦੇ ਨਾਲ ਲੱਗੀ ਤੇ ਖੰਦ ਵੀ ਮਾਸ਼ਾ। ਚਲ ਆ ਜਾ ਆ ਜਾ ਮੈਨੂੰ ਦੇਖਾਂ ਮੈਂ ਇੱਕ ਮਿੰਟ ਆ ਜਾ ਦੇਖਿਆ ਅੰਡਾ। ਮੈਂ ਕਿਹਾ ਬਾਜੋ ਹੁਣੀ ਕੱਲ ਆਈਆਂ ਨੀ ਕਹਿ ਕੇ ਆਏ ਸੀ, ਮੈਨੂੰ ਲੱਗਦਾ ਬਾਜੋ ਹੁਣੀ ਨਾ ਉੱਥੇ ਗਏ ਹੋਣੇ ਡਾਕਟਰ ਦੇ ਕੋਲ ਗਏ ਹੋਣੇ ਆ।
दवाइया तो ला जान छड़ा डलांगा आज बैठो मामा जी होर बाजे ठीक ठाक मिस्त्रियां नूं दित्ता रोटी दित्ती है बुखार है कुछ करी ना आ जा मेरी भैन कुछ नहीं इत सारा कुछ खा पी के कोई नहीं चल बकाला बाजो मीनापुरा पुत्र जेड़ा मैं खानी ना दवाई खान भी चेक करके ओके हूं कोई नी मेरा बीपी वा हो अल्लाह सब नू देगा इंशाल्लाह अल्लाह भाई असलम नू भी देगा भाई दिलावर नू भी सानू भी अल्लाह देगा अम्मा जी सानू जेड़ा भी दुआ दिंदा ना यही कहंदा अल्लाह थानू जोड़े देवे जेड़ा भी सानू दुआ दिंदा ना वो यही दुआ दिंदा तेरी जबान चो वेख अगे भी यही निकलता सोने वेख रही है देखो मुलाजम दे जोड़े नहीं सोने जोड़े नहीं सोने सोने जवान तेरे ते अल्लाह तंदुरुस्ती देवे अल्लाह देवे सही अम्मा जी अल्लाह देवे सही मां सानू कोई दखियारियां नहीं है अम्मा तुसी हुक्का पीने जिन्हू आदत आ ना फिर पींदे पींदे अच्छा बेबे पता लगता घर आया फ्रिज रख लिया चंगा फटे तक होना पुत चल कोई नी खैर चाह देने सी दुध सको अम्मा खांदा नी कुछ भी दो के तीन दो जे एक रे छड़ी जे तीन साल मार के नाले अम्मा कुछ बेहतर सी एनु बुखार होया रहा किन्ने दिन स्कूल भी बेचारा नहीं गया नाले फिर अम्मा फिर हुण जेड़ा वो दूजी अपने चैनल दी भी जिम्मेदारी है ना असि उठ जाने अम्मा जी बैठे रहन दे चलो खा लो अम्मा जी तुसी भी लवो अंडा
अम्मा जी डाइट, अम्मा जी डाइट तेरी। नहीं मैं नहीं लेना, मेरे को ऐसे नहीं खाता। अद्धा खा लो, अद्धा खा लो, नमक ते लाग दो ना उते। अद्धा टोटा ले लो। मैं नहीं अद्धा लेना, मैंने खतरा। वो तो किन्नू खा रहे हैं। मैं रोज बजवा आजा। एक अंडा मेरी पिधर खराब। डॉक्टर रखा सी। अंडा ते तू गोशत सेब ए तू दूध ए जिन्ना मी तू खा सके। दूध दा किलो रोजाना दी मेरी खुराक। दूध पूरा किलो की पूरा किलो तो बिल्कुल अल्टे दो रोजाना दे देसी आ गया असलम को पूछी कोई भी यार मैं देना मैं चीनी तो काल कर रहा है वो तीन बस तीन अम्मा कल्ले अम्मा दर कोई मशीनों ते कोई गांव ब्याह है चलिए उठो अम्मा आ जाओ चलिए कल मैं मैं ले जाना है लेके जाना नहीं लामी चक्कर सुबह नहीं अगले दिन दोपहर की रोटी अम्मा जी तुसी साडे कोल खायो देसी चूचा ना ना अम्मा खा लेंदी है अम्मा आप ही मैं तुसी कहंदे मैं किलो दूध भी पीनी है कुकड़ भी खानी है मैं कर पुत्र नु पता मैं कदे झूठ नहीं मारया ना कदे सुक्की वडियाई कीती दूध दा किलो लेने आ ओए गल्ला पड़ी दूध दा किलो लेने आ मां सदके इस पतली चा एक कप एक कप पतली दोपहर दी रोटी पकावांगे सब कुछ चल बाजो हुण तुसी ना आराम करो बाजो लेटी सी अल्लाह ताला आमीन आमीन।